ਪਾਕਿਸਤਾਨ ਵਿੱਚ ਵਿਸਾਖੀ ਦਾ ਤਿਉਹਾਰ ਮਨਾਉਣਗੇ ਸ਼ਰਧਾਲੂਆਂ ਵਿੱਚ ਅਮਰਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਜਥੇ ਨਾਲ ਵਾਪਸ ਨਹੀਂ ਸੀ ਪਰਤਿਆ ਅਤੇ ਕੁਝ ਹੀ ਦਿਨਾਂ ਵਿੱਚ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਲਾਪਤਾ ਹੋਏ ਇਸ ਨੌਜਵਾਨ ਨੂੰ ਬਰਾਮਦ ਕਰ ਲਿਆ ਗਿਆ। ਅੱਜ ਪਾਕਿਸਤਾਨ ਵੱਲੋਂ ਇਸ ਨੌਜਵਾਨ ਨੂੰ ਬਿਲਕੁਲ ਸਹੀ ਸਲਾਮਤ ਬਿਨਾਂ ਕਿਸੇ ਮੁਸ਼ਕਲ ਦੇ ਭਾਰਤ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਯਾਤਰਾ ਦੌਰਾਨ ਆਪਣੇ ਇੱਕ ਫੇਸਬੁੱਕ ਸਾਥੀ ਨਾਲ ਮੁਲਾਕਾਤ ਕਰਨ ਚਲਾ ਗਿਆ ਸੀ, ਜਿਸ ਕਾਰਨ ਉਹ ਜਥੇ ਤੋਂ ਵੱਖ ਹੋ ਗਿਆ। ਕਾਬਲੇ ਗੌਰ ਹੈ ਕਿ ਅਮਰਜੀਤ ਸਿੰਘ ਨੂੰ ਘਰ ਵਾਪਸ ਲੈਣ ਲਈ ਉਸਦੇ ਮਾਪੇ ਅਤੇ ਭੈਣ ਭਰਾ ਵੀ ਸਰਹੱਦ ਉੱਤੇ ਪਹੁੰਚੇ ਹੋਏ ਸਨ। ਮੈਂ ਯਾਤਰਾ ਜਾ ਸੀਗਾ, ਮੈਂ ਉੱਥੇ ਨਨਕਾਣਾ ਸਾਹਿਬ ਗਿਆ, ਮੈਂ ਰਹਿ ਗਿਆ ਸੀਗਾ। ਅੱਜ ਮੇਰਾ ਦੋਸਤ ਸੀ ਜਿਹੜਾ ਫੇਸਬੁੱਕ ਤੇ ਬਣਿਆ, ਮੈਂ ਉਹਦੇ ਕੋਲ ਨਹੀਂ ਸੀਗਾ, ਉਹ ਆਏ ਸੀਗੇ ਮੇਰੇ ਪਹਿਲਾਂ, ਮੈਂ ਉੱਥੇ ਰਹਿ ਗਿਆ, ਮੇਰਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ। ਮੈਂ ਯਾਤਰਾ ਵਾਸਤੇ ਗਿਆ ਸੀਗਾ, ਬਸ ਮੇਰਾ ਹੋਰ ਕੋਈ ਮਿਸਿੰਗ ਨਹੀਂ। ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ, ਮੇਰਾ ਵੀਜ਼ਾ ਐਕਸਪਾਇਰ ਹੋ ਗਿਆ ਸੀਗਾ। ਹਾਂਜੀ, ਮੇਰੀ ਬਹੁਤ ਉਹਨਾਂ ਨੇ ਡੇਢ ਮਹੀਨੇ ਦਾ ਗਿਆ ਸੀਗਾ ਮੈਂ, ਡੇਢ ਮਹੀਨੇ ਦੀ ਉਹ ਮੈਂ ਆਪ ਬੋਲਿਆ ਸੀਗਾ। ਜੱਥੇ ਦੇ ਵਿੱਚ ਆਪਣੇ ਆਪ ਚਲੇ ਗਏ ਸੀ ਜਾਂ ਕੋਈ ਲੈ ਕੇ ਗਿਆ? ਨਹੀਂ ਨਹੀਂ, ਮੈਂ ਆਪ ਗਿਆ ਸੀਗਾ, ਬਾਹਰ ਨਹੀਂ ਗਿਆ ਮੈਂ, ਨਨਕਾਣਾ ਸਾਹਿਬ ਸੀਗਾ। ਤੁਹਾਨੂੰ ਲੱਗਦਾ ਗਲਤੀ ਹੋਈ ਹੈ ਤੁਹਾਡੇ ਕੋਲ? ਹਾਂਜੀ, ਮੇਰੇ ਕੋਲ ਇਹੋ ਗਲਤੀ ਹੋਈ ਕਿ ਮੈਂ ਉੱਥੇ ਵੀਜ਼ਾ 15 ਦਿਨਾਂ ਦਾ ਸਮਝ ਬੈਠਾ ਸੀ। ਮੈਂ ਕਿਹਾ ਮੈਂ ਇਹੀ ਸਮਝ ਰਿਹਾ ਸੀ ਕਿ ਮੇਰਾ ਵੀਜ਼ਾ 15 ਦਿਨਾਂ ਦਾ, ਲੇਕਿਨ ਉਹ 10 ਦਿਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ। ਤੁਸੀਂ ਵੀਡੀਓ 'ਤੇ ਬੋਲਿਆ ਕਿ ਡੇਢ ਮਹੀਨੇ ਦਾ, ਤੁਸੀਂ ਹੁਣੇ ਵੀ ਬੋਲੇ ਹੋ ਨਹੀਂ 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 ਮੈਂ ਉਹਨਾਂ ਨੂੰ ਮੈਂ ਮਲੇਸ਼ੀਆ ਰਿਹਾ ਜੀ 1 ਸਾਲ। ਤੁਹਾਨੂੰ ਇਹਨਾਂ ਪਤਾ ਵੀਜ਼ਾ ਕਦੋਂ ਖਤਮ ਹੋਣਾ? ਮੇਰਾ ਮੈਂ ਪਾਸਪੋਰਟ ਨਹੀਂ ਦੇਖਿਆ, ਮੇਰਾ ਜਮ੍ਹਾਂ ਕਰ ਲਿਆ ਸੀਗਾ ਉਹਨਾਂ ਫੌਰਨ ਬਾਅਦ। ਇਹ ਤਾਂ ਵਾਗਾ ਬਾਰਡਰ ਤੋਂ ਜਾਂਦੇ ਨੇ, ਲੇਖੇ ਨਾਲ ਬੱਚੇ ਤੇ ਕੋਈ ਗਲਤੀ ਨਹੀਂ ਕੀਤੀ। ਤੁਸੀਂ ਬਹਾਨੇ ਜੱਥੇ ਜੀ ਬਹਾਨੇ ਸਿਰ ਗਏ ਸੀ ਕਿ ਤੁਹਾਡਾ ਮੇਨ ਮਕਸਦ ਹੋ ਗਿਆ? ਮੈਂ ਬੋਲੇ ਮੈਂ ਸਾਡੇ ਕੰਮ ਕਰਿਆ ਅੱਜ ਮੈਂ ਅੱਗੇ ਤੋਂ ਯਾਤਰਾ ਜਾਉਂ, ਅੱਗੇ ਤੋਂ ਜਾਉਂਗੀ ਯਾਤਰਾ। ਮੈਂ ਬਹੁਤ ਹੈਪੀ ਹਾਂ, ਮੈਨੂੰ ਪਰਵਾਹ ਅੱਗੋ 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 ਤੋਂ ਦੁਬਾਰਾ ਜਾਉਂਗੀ ਯਾਤਰਾ। ਤੁਸੀਂ ਕੀ ਲੱਗਦੇ ਜੀ ਉਹਨਾਂ ਦੇ? ਉਹਦੇ ਮੰਮੀ ਲੱਗਦੀ ਨੇ। ਔਰ ਅੱਜ ਉਹ ਘਰ ਆ ਰਹੇ ਹੈ, ਕੀ ਕਹਿਣਾ ਤੁਹਾਡਾ ਔਰ ਕਿਸ ਤਰ੍ਹਾਂ ਸ਼ੁਕਰ ਕਰ ਰਹੇ ਹੋ ਉਸ ਰੱਬ ਦਾ? ਮੈਂ ਕਹਿਣਾ ਚਾਹੁੰਦਾ ਮੈਂ ਧੰਨਵਾਦ ਉਹਨਾਂ ਦਾ, ਮੈਨੂੰ ਬਹੁਤ ਖੁਸ਼ੀ ਹੋਈ ਹੈ ਸਾਨੂੰ ਬੇਟਾ ਵਾਪਸ ਮਿਲ ਗਿਆ, ਬਹੁਤ ਖੁਸ਼ੀ ਨਾਲ। ਮੇਰੇ ਵੱਡੇ ਬ੍ਰਦਰ ਸੀਗੇ ਜੀ, ਅਤੇ ਸਾਨੂੰ ਅੱਜ ਬਹੁਤ ਚੰਗਾ ਲੱਗ ਰਿਹਾ ਵਾ ਕਿ ਉਹ ਜੇ ਵਾਪਸ ਆ ਰਹੇ ਨੇ ਇੰਡੀਆ, ਅਤੇ ਅਸੀਂ ਬਹੁਤ ਸਾਰੇ ਜਾਣੇ ਖੁਸ਼ ਹਾਂ ਜੀ। ਅਤੇ ਸਾਨੂੰ 3-4 ਦਿਨ ਤੋਂ ਬਹੁਤ ਪਰੇਸ਼ਾਨੀ ਹੋ ਰਹੀ ਸੀ, ਜਦੋਂ ਤਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਉਹਨਾਂ ਦਾ, ਕੋਈ ਖਬਰ ਨਹੀਂ ਮਿਲ ਰਹੀ, ਅਤੇ ਅੱਜ ਸਾਨੂੰ ਖਬਰ ਮਿਲ ਰਹੀ ਕਿ ਉਹ ਇੰਡੀਆ ਵਾਪਸ ਆ ਰਹੇ, ਅਤੇ ਸਾਨੂੰ ਬਹੁਤ ਸਾਰੀ ਖੁਸ਼ੀ ਹੋ ਰਹੀ ਹੈ ਜੀ। ਜੀ ਸਾਨੂੰ ਮੀਡੀਆ ਦੇ ਥਰੂ ਹੀ ਪਤਾ ਲੱਗਾ ਆ ਜੀ, ਟੈਲੀਵਿਜ਼ਨ ਖਬਰਾਂ ਤੋਂ ਵੀ ਅਸੀਂ ਦੇਖਿਆ ਆ ਕਿ ਉਹਨਾਂ ਨੇ ਅੱਜ ਵਾਪਸ ਆਉਣਾ ਹੈ।